ਉਦਰ ਰਾਜਵਾਨੀ ਦੇ ਬਿਆਨ ਦੇ ਉੱਤੇ ਬੁਵਾ ਲਾਇਆ ਹੋਇਆਗਾ ਉਹ ਕਹਿੰਦੇ ਕਿ ਜੀ ਨਹੀਂ ਕਾਮਿਨ ਸਾਫ ਮੋਰਚਾ ਚੱਲ ਰਿਹਾ ਉਹ ਤੋਂ ਕਿ ਨਾਰਾ ਹੀ ਕਰ ਲਏਗਾ ਨਹੀਂ ਤਾਂ ਵੇਖੋ ਮਤਭੇਦ ਤਾਂ ਸਿੱਖਾਂ ਚ ਬਹੁਤ ਪੁਰਾਣੇ ਨੇ ਜੀ ਮਿਸਲ ਕਾਲ ਤੋਂ ਜੇ ਤੁਸੀਂ ਹਿਸਟਰੀ ਚੁੱਕ ਲਓਗੇ ਜੀ ਪਰ ਕਈ ਮੌਕੇ ਇਸ ਤਰ੍ਹਾਂ ਦੇ ਆਉਂਦੇ ਆ ਕਿ ਤੁਸੀਂ ਮਤਭੇਦਾਂ ਤੋਂ ਉੱਤੇ ਉੱਠ ਕੇ ਕੰਮ ਕਰੋਗੇ ਤਾਂ ਸਫਲਤਾ ਮਿਲੇਗੀ ਪਰ ਇੱਥੇ ਹੁਣ ਉਹ ਮਤਭੇਦ ਜਿਹੜੇ ਆ ਉਹ ਸੜਕ ਤੇ ਵੀ ਆ ਗਿਆ ਮੀਡੀਆ 'ਚ ਵੀ ਆ ਗਿਆ ਤਾਂ ਹੁਣ ਇਹਦੇ ਤੇ ਕੀ ਕਹਿ ਸਕਦੇ ਆ ਜੀ ਜਿਹੜੇ ਬੰਦੇ ਖੁਦ ਅੰਦਰ ਆ ਬੰਦੀ ਸਿੰਘਾਂ ਦੀ ਲਿਸਟ ਦੇ ਵਿੱਚ ਆ ਇਹੋ ਇਹ ਕਹਿੰਦੇ ਆ ਕਿ ਮੋਰਚੇ ਦੇ ਨਾਲ ਲੈਣਾ ਦੇਣਾ ਨਹੀਂ ਤੇ ਫਿਰ ਸੋਚਣ ਵਾਲੀ ਗੱਲ ਆ ਬਿਲਕੁਲ ਤੇ ਇਹਦਾ ਮਤਲਬ ਕਿ ਫਿਰ ਰੌਲਾ ਤੇ ਇਹੀ ਆ ਨਾ ਕਿ ਅਗਵਾਈ ਕੌਣ ਕਰ ਰਿਹਾ ਹੈ ਅਗਵਾਈ ਤੇ ਸਹਿਮਤੀ ਨਹੀਂ ਬਣਦੀ ਇੱਥੇ ਆ ਕੇ ਪਵਾੜਾ ਪੈ ਜਾਂਦਾ ਉਹਨਾਂ ਨੇ ਸਵਾਲ ਚੁੱਕ ਦਿੱਤਾ ਆਖੇ ਜੀ ਬਈ ਇੱਥੇ ਤਾਂ ਕਾਂਗਰਸ ਹੀ ਤਰਫ ਤੇ ਮੈਂ ਅਕਾਲੀ ਆ ਅਕਾਲੀ ਰਹੂੰਗਾ ਕਈਆਂ ਨੂੰ ਅਕਾਲੀ ਹੋਣ ਤੇ ਇਤਰਾਜ਼ ਆ ਗੱਲ ਇਹ ਕਿ ਉਹ ਠੀਕ ਆ ਆਪਣੀ ਥਾਂ ਤੇ ਉਹ ਸਹੀ ਹੋ ਸਕਦੇ ਆ ਅਸੀਂ ਥੋੜੀ ਤੈਅ ਕਰ ਸਕਦੇ ਆ ਕਿ ਕੌਣ ਬੰਦਾ ਕਾਂਗਰਸੀ ਹੋਵੇ ਕੌਣ ਕਾਲੀ ਹੋਵੇ ਬਿਲਕੁਲ ਕਿਉਂਕਿ ਵਿਚਾਰ ਰੱਖਣ ਦਾ ਉਹਨਾਂ ਨੂੰ ਵੀ ਹੱਕ ਆ ਵੀ ਆ ਪਰ ਰੌਲਾ ਮੇਰੇ ਖਿਆਲ ਦੇ ਨਾਲ ਇਹ ਸਮਝਣਦਾ ਹੈ ਕਿ ਅਕਾਲੀ ਹੋਣ ਨਾਲ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਜੀ ਅਕਾਲੀ ਹੋਣਾ ਆਪਾਂ ਤਕਰੀਬਨ ਸਾਰੇ ਹੀ ਕਾਲੀ ਸੀਗੇ ਪੰਜਾਬੀ ਜਿਹੜੇ ਆ ਤਾਂ ਇੱਥੇ ਤਾਂ ਜਿਹੜੇ ਕਾਂਗਰਸ ਦੇ ਗਾਂ ਮੁੱਖ ਮੰਤਰੀ ਬਣੇ ਪ੍ਰਤਾਪ ਸਿੰਘ ਕਹਿਰੋਂ ਜੀ ਉਹ ਵੀ ਗਾਲੀ ਸਨ ਪਹਿਲਾਂ ਜੀ ਸਾਫ਼ ਲਾ ਲੋ ਮੁੱਖ ਮੰਤਰੀ ਵੀ ਪਹਿਲਾਂ ਅਕਾਲੀ ਸਨ ਜੀ ਤਾਂ ਕਹਿੰਦਾ ਮਤਲਬ ਇਹੋ ਆ ਕਿ ਬਈ ਠੀਕ ਆ ਅਕਾਲੀ ਹੋਣ ਤੇ ਤਾਂ ਕੋਈ ਇਤਰਾਜ਼ ਨਹੀਂ ਆ ਰੋਲਾ ਉਹ ਦੂਜੀ ਧਿਰ ਕਹਿੰਦੀ ਹੈ ਲੀਡਰਸ਼ਿਪ ਹੁਣ ਮਸਲਾ ਜਿਹੜਾ ਇਹ ਬਣ ਗਿਆ ਵਿਚਾਰਕ ਮਤ ਭੇਦ ਤੋਂ ਗਾਂ ਸਿਆਸੀ ਮਤ ਭੇਦ ਦਾ ਜੀ ਤੇਰਾ ਦਾ ਕਿਉਂਕਿ ਬਲਵੰਤ ਸਿੰਘ ਰਾਜੋਆਣਾ ਦਾ ਜਿਹੜਾ ਸਟੈਂਡ ਹੈ ਉਹਨੂੰ ਵੀ ਸਮਝਣ ਦੀ ਲੋੜ ਹੈ ਨਾ ਕੈਸਟੀ ਪੀਸੀ ਨੇ ਉਹਨਾਂ ਲਈ ਕੀ ਨਹੀਂ ਕੀਤਾ ਅਕਾਲੀਆਂ ਨੇ ਕਿੰਨਾ ਜ਼ੋਰ ਲਾਇਆ ਕੇਸਰੀਆਂ ਲਹਿਰ ਦੇ ਵਿੱਚ ਅਗਲਾ ਤਾਂ ਬਈ ਖੜੂਗਾ ਨਾ ਆ ਬੀਬੀ ਕਮਲਦੀਪ ਕੌਰ ਰਾਜੋਆਣਾ ਇਹਨਾਂ ਦੀ ਸਪੋਰਟ ਕੀਤੀ ਇਲੈਕਸ਼ਨ ਲੜਾਇਆ ਜੀ ਇਹਨਾਂ ਦੇ ਜਿਹੜੇ ਹੈਗੇ ਨੇ ਪਤੀ ਉਹ ਵਿਜੋਬ ਕਰਦੇ ਨੇ ਜੀ ਐਸਪੀਸੀ ਦੇ ਵਿੱਚ ਇਸ ਕਰਕੇ ਸੁਭਾਵਿਕ ਹੈ ਉਹਨਾਂ ਦੇ ਚਿੱਠੀ ਲਿਖੀ ਹੋਈ ਸੀਗੀ ਜੀ ਅਕਾਲੀ ਦਲ ਦੇ ਹੱਕ ਦੇ ਵਿੱਚ ਪਰ ਰੌਲਾ ਇਹ ਆ ਕਿ ਇਹ ਮੈਨੂੰ ਲੱਗਦਾ ਕਿ ਜਿਹੜੀ ਕਹਾਣੀ ਵਿਗੜੀ ਹੈ ਨਾ ਜੋ ਧਾਮੀ ਸਾਹਿਬ ਉੱਥੇ ਗਏ ਸਨ ਤੇ ਉਸ ਤੋਂ ਬਾਅਦ ਸਾਰਾ ਘਟਨਾਕ੍ਰਮ ਵਾਪਰਦਾ ਉਸ ਤੋਂ ਬਾਅਦ ਇਹ ਜ਼ਿਆਦਾ ਖਲਾਰਾ ਪੈਂਦਾ ਗਿਆ ਹੁਣ ਤੇ ਇੱਕ ਦੂਜੇ ਤੇ ਮਤਲਬ ਕਿ ਅ ਵਿਅਕਤੀਗਤ ਤੌਰ ਤੇ ਜਦੋਂ ਦੋਸ਼ ਲੱਗ ਜਾਣ ਕਿ ਫੁਲਾਣਾ ਏਜੰਸੀਆਂ ਦਾ ਬੰਦਾ ਹੈ ਫੁਲਾਣਾ ਮੇਰੇ ਖਿਲਾਫ ਹੈ ਤਾਂ ਉਹਨਾਂ ਦੇ ਖਿਲਾਫ ਦੂਜੇ ਮਤਲਬ ਕਿ ਕਹਿ ਸਕਦੇ ਆਪਾਂ ਕਿ ਏਕੇ ਦੀ ਜਿੱਥੇ ਜ਼ਰੂਰਤ ਹੈ ਉੱਥੇ ਏਕਾ ਬਣ ਨਹੀਂ ਪਾਰਿਆ ਇੱਕ ਵੱਡਾ ਸਵਾਲ ਆ ਬਿਲਕੁਲ ਹੋਰ ਵੀ ਜੇ ਤੁਸੀਂ ਦੇਖੋਗੇ ਇਸ ਟਾਈਮ ਜਿਹੜੇ ਪੈਰੋਲ ਤੇ ਆਏ ਨੇ ਜੀ ਗੁਰਦੀਪ ਸਿੰਘ ਖੇੜਾ ਤੇ ਗੁਰਮੀਤ ਸਿੰਘ ਉਹ ਵੀ ਪਾਸੇ ਹੀ ਨੇ ਏ ਇੰਟਰਸਟਿੰਗ ਚੀਜ਼ ਹੈ ਕਿ ਜਿੰਨਾ ਵਾਸਤੇ ਲੜਾਈ ਹੋ ਰਹੀ ਉਹ ਪਾਸੇ ਖਲੋਤੇ ਨੇ ਜੀ ਚਾਹ ਕਾਰਨ ਕੁਝ ਵੀ ਰਹੇ ਹੋ ਬਿਲਕੁਲ ਬਿਲਕੁਲ ਜੀ ਬਿਲਕੁਲ ਕਿਉਂਕਿ ਇਧਰੋਂ ਜੇ ਤੁਸੀਂ ਦੇਖੋਗੇ ਤਾਂ ਜਗਤਾਰ ਸਿੰਘ ਹਵਾਰਾ ਕਮੇਟੀ ਹੈ ਜਿਹੜੀ ਜੀ ਉਹਨੇ ਹੀ ਇਹ ਸਾਰਾ ਕੁਝ ਤੋਰਿਆ ਹੋਇਆ ਹੈ ਜੀ ਹਾਲਾਂਕਿ ਚਲੋ ਸਮਰਥਨ ਮਿਲਦਾ ਹੈ ਅੱਗੇ ਸਿੱਖ ਕੌਮ ਦੇ ਵਿੱਚੋਂ ਸਮਰਥਨ ਵੱਡਾ ਮਿਲ ਗਿਆ ਪਰ ਇਹ ਸਾਰਾ ਕੁਝ ਮਤਲਬ ਕਿ ਵਿਆੰਤ ਹੈ ਤੇ ਇਹ ਆਪਾਂ ਨੂੰ ਪਤਾ ਬਲਵੰਤ ਸਿੰਘ ਰਾਜੋਆਣਾ ਅਤੇ ਜਗਤਾਰ ਸਿੰਘ ਹਵਾਰਾ ਦੇ ਦਰਮਿਆਨ ਦੂਰੀਆਂ ਹਨ ਜੀ ਦੂਰੀਆਂ ਹਨ ਬਿਲਕੁਲ ਬਿਲਕੁਲ ਜੀ ਇਧਰੋਂ ਇਹ ਵੀ ਕਮੈਂਟ ਆ ਰਹੇ ਸੀਗੇ ਉੱਪਰ ਆਪਣਾ ਚਰਨਜੀਤ ਜੀ ਕਹਿੰਦੇ ਕਿ ਆਪਣਾ ਹਵਾਰਾਈ ਦੇ ਬਿਆਨ ਬਾਰੇ ਤੁਸੀਂ ਕੀ ਕਹੋਗੇ ਜੀ ਕਹਿੰਦੇ ਕਿ ਉਹ ਤਾਂ ਮੇਰੇ ਖਿਆਲ ਨਾਲ ਉਹ ਸਾਫ ਹੀ ਹੋ ਗਿਆ ਹਾਂ ਜੀ ਹਾਂ ਜੀ ਉਹ ਤਾਂ ਪਹਿਲਾਂ ਆਇਆ ਸੀ ਬਿਆਨ ਹੁਣ ਕੋਈ ਹਾਲੀਆ ਦੇਣਾ ਚਾਇਆ ਹੋਵੇ ਤੇ ਮੈਨੂੰ ਪਤਾ ਨਹੀਂ ਬਿਲਕੁਲ 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 ਜੀ ਸਿਮਰ ਜੀ ਜੀ ਕਹ ਰਿਹਾ ਕਹਿੰਦੇ ਕਿ ਜੇ ਆਪਣਾ ਬਾਦਲਾਂ ਦੇ ਬੰਦੇ ਦਾ ਵਿਰੋਧ ਹੋ ਗਿਆ ਤਾਂ ਫਿਰ ਉੱਥੇ ਰਾਜਵੰਡਾ ਜੀ ਕਿ ਮੈਂ ਜਿਹੜਾ ਮੋਰਚੇ ਦੀ ਪ੍ਰਵਾਨਗੀ ਕਰ ਲੈਣਗੇ ਜਾਂ ਜਿਹੜਾ ਉਹੀ ਆਪਾਂ ਕਹਿ ਕੇ اٹਿਆ ਨਾ ਕਿ ਧਾਮੀ ਸਾਹਿਬ ਦੀ ਜਿਹੜੀ ਉਹ ਵਿਰੋਧਤਾ-ਵਿਰੋਧਤਾ ਨਹੀਂ ਮੈਂ ਕਹਾਗਾ ਕਿ ਤੁਸੀਂ ਥੋੜਾ ਜਿਹਾ ਇੱਥੇ ਨਾ ਸਾਡੇ ਜਿਹੜੇ ਕਮੈਂਟ ਕਰਨ ਵਾਲੇ ਹੁੰਦੇ ਨਾ ਕਈ ਵਾਰ ਉਹ ਵੀ ਥੋੜਾ ਜਿਹਾ ਛੁਕਾਵਾਦੀ ਹੋ ਜਾਂਦੇ ਆ ਵਿਰੋਧ ਉਹ ਵੱਖਰੀ ਚੀਜ਼ ਹੁੰਦਾ ਹੈ ਰੋਸ ਵੱਖਰੀ ਚੀਜ਼ ਹੁੰਦਾ ਹੈ ਜਾਂ ਸਵਾਲ ਜਵਾ ਗੱਡੀਆਂ ਦੇ ਸ਼ੀਸ਼ੇ ਤੋੜਦੇ ਨੇ ਇਹ ਠੀਕ ਨਹੀਂ ਹੈ ਵਿਰੋਧ ਥੋੜਾ ਆਏਗਾ ਇਹ ਚੀਜ਼ਾਂ ਉਹ ਸਿਆਣੇ ਬਿਆਣੇ ਨੇ ਐਡਵੋਕੇਟ ਨੇ ਜੀ ਐਸ.ਪੀ.ਸੀ. ਪ੍ਰਧਾਨ ਉਹ ਬਾਅਦ ਚ ਬਣਦੇ ਨੇ ਜੀ ਤਾਂ ਮਤਲਬ ਕਿ ਥੋੜਾ ਖਿਆਲ ਰੱਖਣਾ ਚਾਹੀਦਾ ਇਸ ਚੀਜ਼ ਦਾ ਜੀ 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 ਬਿਲਕੁਲ ਬਿਲਕੁਲ ਹਿੰਸਾ ਉਹਦਨ ਵੀ ਆਪਾਂ ਗੱਲ ਕੀਤੀ ਸੀ ਕਿ ਕਿ ਜਿੱਥੇ ਤੁਹਾਡਾ ਕੋਈ ਵੀ ਸੰਘਰਸ਼ ਕੋਈ ਵੀ ਪ੍ਰੋਗਰਾਮ ਹੈ ਜਿਹੜਾ ਜੀ ਜੀ ਉਹ ਹਿੰਸਾਤਮਕ ਹੋ ਗਿਆ ਨਾ ਤਾਂ ਉੱਥੇ ਫਿਰ ਬਹੁਤ ਔਖਾ ਹੋ ਜਾਂਦਾ ਚੀਜ਼ਾਂ ਨੂੰ ਸਮੇਟਣਾ ਬਹੁਤ ਔਖਾ ਜੀ 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 ਬਿਲਕੁਲ ਬਿਲਕੁਲ ਜੀ ਮੈਂ ਲਾਸਟ ਕਮੈਂਟੇ ਥਰੂ ਲੈ ਰਿਹਾ ਅਜੀਬ ਵੀ ਕਰ ਰਿਹਾ ਕਿ ਰਾਜਵਾਲਾ ਦੀ ਭੈਣ ਨੇ ਵੀ ਚਿੱਠੀ ਲਿਖ ਕੇ ਸੋਸ਼ਲ ਮੀਡੀਆ ਤੇ ਦੱਸਿਆ ਜੀ ਕਿ ਕਿਉਂ ਗੱਲ ਉਹਨਾਂ ਨੇ ਕਹੀ ਹੈ ਜੀ ਕਨੇਕੇ ਜੀ ਹਾਂਜੀ ਉਹ ਚਿੱਠੀ ਹਾਂਜੀ ਦੋ ਸਫਿਆਂ ਦੀ ਚਿੱਠੀ ਪਿਛਲੇ ਦਿਨੀ ਉਹ ਪਾਈ ਸੀਗੀ ਜੀ 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 ਬਿਲਕੁਲ ਬਿਲਕੁਲ